ਨੌਜਵਾਨ ਦੀ ਝਾੜੀਆਂ ਦੇ ਵਿੱਚੋਂ ਸ਼ੱਕੀ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਜੋ ਪਿਛਲੇ 4 ਦਿਨਾਂ ਤੋਂ ਆਪਣੇ ਘਰ ਤੋਂ ਲਾਪਤਾ ਸੀ। ਦਰਅਸਲ ਇਹ ਨੌਜਵਾਨ ਮੋਬਾਈਲ ਰੀਚਾਰਜ ਕਰਾਉਣ ਲਈ ਘਰ ਤੋਂ ਗਿਆ ਪਰ ਵਾਪਸ ਨਹੀਂ ਮੁੜਿਆ। ਇਸ ਦਾ ਰਸਤੇ ਦੇ ਵਿੱਚ ਹੀ ਕਿਡਨੈਪ ਕਰਕੇ ਕਾਤਲਾਂ ਨੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਸੁਖਵਿੰਦਰ ਸਿੰਘ ਆਪਣੀਆਂ 3 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਅਤੇ ਪਰਿਵਾਰ ਨੇ ਪਿੰਡ ਦੇ ਹੀ ਇੱਕ ਨੌਜਵਾਨ ਉੱਤੇ ਕਤਲ ਦੇ ਇਲਜ਼ਾਮ ਲਗਾਏ ਨੇ। ਦੱਸਣਾ ਬਣਦਾ ਹੈ ਕਿ ਮੋਗਾ ਦੇ ਕੋਟੀ ਸੇਖਾਂ ਦੇ ਪਿੰਡ ਨਿਹਾਲਗੜ੍ਹ ਦੇ ਕੋਲ ਇਸ 25 ਸਾਲਾਂ ਦੇ ਸੁਖਵਿੰਦਰ ਸਿੰਘ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ ਦੇ ਵਿੱਚ ਮਿਲੀ ਹੈ, ਜਿਸ ਨੂੰ ਮੌਕੇ ਤੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ। ਮ੍ਰਿਤਕ ਦੇ ਮੂੰਹ ਦੇ ਵਿੱਚੋਂ ਝੱਗ ਨਿਕਲ ਰਹੀ ਸੀ। ਮ੍ਰਿਤਕ ਸੁਖਵਿੰਦਰ ਸਿੰਘ ਫਿਰੋਜ਼ਪੁਰ ਦੇ ਮੱਖੂ ਦੇ ਇੱਕ ਪਿੰਡ ਦਾ ਰਹਿਣ ਵਾਲਾ ਸੀ ਤੇ 3 ਭੈਣਾਂ ਦਾ ਇਕਲੌਤਾ ਭਰਾ ਸੀ। ਸ਼ਨੀਵਾਰ ਸਵੇਰੇ 11 ਵਜੇ ਦੇ ਕਰੀਬ ਉਹ ਮੋਬਾਈਲ ਰੀਚਾਰਜ ਕਰਾਉਣ ਲਈ ਗਿਆ ਪਰ ਵਾਪਸ ਨਹੀਂ ਮੁੜਿਆ। ਪਰ ਬੀਤੀ ਰਾਤ ਉਸਦੀ ਲਾਸ਼ ਮਿਲੀ। ਉੱਥੇ ਮ੍ਰਿਤਕ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਉੱਥੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਨਾਲ ਹੀ ਪਿੰਡ ਦੇ ਇੱਕ ਵਿਅਕਤੀ ਨੇ ਉਸ ਨੂੰ ਮੌਤ ਦੇ ਘਾਟ ਉਤਾਰਿਆ। ਉੱਥੇ ਪੁਲਿਸ ਦੇ ਵੱਲੋਂ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪਿਤਾ ਦੇ ਬਿਆਨ ਤੇ 194B ਦੇ ਤਹਿਤ ਕਾਰਵਾਈ ਕੀਤੀ ਗਈ ਹੈ ਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ। ਸਾਡੇ 3 ਭੈਣਾਂ ਦਾ ਇੱਕ ਭਰਾ ਸੀ, ਲੁੱਟ ਕੇ ਖਾ ਗਏ ਦੁਸ਼ਮਣ। ਅਸੀਂ ਇਨਸਾਫ ਮੰਗਦੀਆਂ ਹੁਣ। ਸ਼ਨੀਵਾਰ 10 ਵਜੇ ਘਰੋਂ ਚਲੇ ਗਿਆ, ਸਾਨੂੰ ਕਹਿੰਦਾ ਰੀਚਾਰਜ ਕਰਾਉਣ ਚੱਲਿਆ, ਉਹਦੇ ਬਾਅਦ ਉਹ ਤੋਂ ਵਾਪਸ ਨਹੀਂ ਆਇਆ। ਚੱਕਰ ਹੈਗਾ ਸੀ ਜਿਸਦੇ ਰੋਲੇ ਵਿੱਚ ਉਹਨਾਂ ਨੇ ਕੰਮ ਕੀਤਾ ਹੈ। ਪਹਿਲਾਂ ਵੀ ਧਮਕੀਆਂ ਦਿੰਦੇ ਸੀ ਕਿ ਮੁੰਡਾ ਨਹੀਂ ਛੱਡਣਾ, ਤੁਹਾਡਾ ਮਾਰ ਦੇਣਾ। ਪਹਿਲਾਂ ਉਹਦੇ ਨਾਲ ਸੀ, ਫਿਰ ਮੇਰੇ ਭਰਾ ਨਾਲ ਗੱਲ ਜ਼ਬਰਦਸਤੀ ਕਰਾ ਦਿੱਤੀ ਉਹਨਾਂ ਨੇ, ਉਹਦਾ ਫਸਾਇਆ ਹੈ। ਮੇਰਾ ਭਰਾ ਤਾਂ ਪੋਲਾ ਪਾਲਾ ਸੀ, ਨਾ ਬੋਲਣ ਜੋਗਾ ਸੀ ਨਾ ਕੁਛ ਕਰਨ ਜੋਗਾ। ਕੁੜੀ ਕੁਸੂ ਵਾਲੇ ਦੀ ਆ, ਮੁੰਡੀ ਰਹਿਣ ਵਾਲੀ ਆ ਕਹਿੰਦੇ। ਅਸੀਂ ਤਾਂ ਇਨਸਾਫ ਮੰਗਦੇ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਇਨਸਾਫ ਮਿਲਣਾ ਚਾਹੀਦਾ ਹੈ। ਸਾਡੇ ਕੋਲ ਹੁਣ ਕੁਝ ਨਹੀਂ ਰਹਿ ਗਿਆ। ਰੋਡ ਦੇ ਲਾਗੇ ਮਿਲੀ, ਇੱਥੇ ਰੋਡ ਦੇ ਨਾਲ ਮਾਰ ਕੇ ਦਵਾਈ ਪਵਾ ਕੇ ਸੁੱਟ ਗਏ ਨੇ ਕੰਜਰ। ਥੋੜੀ ਮੋਟੀ ਸੂਹ ਲੱਗ ਜਾਂਦੀ, ਅਸੀਂ ਭਰਾ ਨੂੰ ਬਚਾ ਲੈਂਦੀਆਂ। ਉਹ ਘਰੋਂ ਸ਼ਨੀਵਾਰ 10-11 ਵਜੇ ਗਿਆ ਨੈੱਟ 'ਚ ਪੈਸੇ ਪਾਉਣ, ਉਸ ਤੋਂ ਕਿਸੇ ਨੇ ਚੁੱਕ ਕੇ ਲੈ ਗਿਆ, ਮੋਬਾਈਲ ਬੰਦ ਕਰਤਾ, ਪਤਾ ਨਹੀਂ ਲੱਗਿਆ ਵੀ ਕਿੱਥੇ ਲਗਾਏ ਆ ਕਿੱਥੇ ਨਹੀਂ। ਸਾਨੂੰ ਕੱਲ ਪਤਾ ਲੱਗਿਆ 11:30 ਵਜੇ। ਕਾਰਨ ਕੀ ਸਮਝਦੇ ਹੋ? ਕੋਈ ਇਹ ਪਿੰਡ 'ਚ ਕਿਸੇ ਮੁੰਡੇ ਧਮਕੀ ਦਿੱਤੀ ਸੀ ਵੀ ਮੈਂ ਤੈਨੂੰ ਮਾਰ ਦੇਣਾ, ਛੱਡਣਾ ਨਹੀਂ। ਉਹਨੇ ਬੰਦਿਆਂ ਲਿਜਾ ਕੇ ਚੁੱਕ ਕੇ ਲੈ ਗਿਆ। ਕੋਈ ਰੰਜਿਸ਼ ਵਗੈਰਾ ਸੀ ਪਹਿਲੇ? ਹਾਂ, ਉਹਨੇ ਕਿਸੇ ਕੁੜੀ ਦੇ ਮਗਰ ਇਹਨੂੰ ਫਸਾਇਆ ਸੀ, ਇਹ ਦੁਸ਼ਮਣੀ ਉਹਨੇ ਕੱਢੀ ਸਾਡੀ। ਪਤਾ ਲੱਗਿਆ ਕਿ ਧਮਕੀ ਦੇਣ ਵਾਲਾ ਬੰਦਾ? ਹਾਂ ਪਤਾ ਲੱਗਿਆ। ਕੌਣ ਸੀ ਇਹ? ਮੁਖਤਿਆਰ ਸਿੰਘ। ਕਿੱਥੋਂ ਦਾ ਰਹਿਣ ਵਾਲਾ? ਬਾੜਾ ਸੁਲੇਮਾਨ।
ਨਹੀਂ ਦੂਸਰੇ ਪਿੰਡ ਦਾ ਨਾਲ ਦੇ ਦਾ ਉਹ ਕਦੇ ਅੱਗੇ ਪਿੱਛੇ ਮਿਲਿਆ ਹੋਇਆ ਇਹਨਾਂ ਨੂੰ ਹਾਂ ਮਿਲਦਾ ਪਹਿਲੀ ਹਾਊਸ ਦੇ ਆਪਣੇ ਬੂਹੇ ਲੱਗੇ ਇਹਦੇ ਨਾਲ ਕੀ ਰਿਲੇਸ਼ਨ ਸੀ ਦੋਸਤ ਸੀਗਾ ਹਾਂ ਦੋਸਤ ਇਹਨਾਂ ਦਾ ਭਰਾ ਨੇ ਬਾਅਦ ਸੀ ਜਦੋਂ ਪੈਸੇ ਖਾਂਦਾ ਤੇ ਦੇਖੋ ਹੁਣ ਉਹਨੇ ਕੁੜੀ ਪਿੱਛੇ ਰਲ ਕੇ ਹਾਂ ਹਾਂ ਕੁੜੀ ਨਾਲ ਲਿਜਾ ਕੇ ਤੈਨੂੰ ਲੈ ਗਏ ਚੁੱਕ ਤੇ ਪਾਸੇ ਮੁੰਡੇ ਦਾ ਨਾਮ ਲਖਵਿੰਦਰ ਸਿੰਘ ਅਲੀ ਸੁੱਖਾ ਪੁੱਤਰ ਅਮਰੀਕ ਸਿੰਘ ਪਿੰਡ ਵਾੜਾ ਕਾਲੀਰੋਂ ਥਾਣਾ ਮਖੂ ਜ਼ਿਲ੍ਹਾ ਫਿਰੋਜ਼ਪੁਰ ਦਾ ਇਹ ਕਰੀਬ 11:30-12 ਦੇ ਕਰੀਬ ਨਿਆਲਗੜ੍ਹ ਢਾਬੇ ਦੇ ਕੋਲੋਂ ਇਹਦੀ ਡੈੱਡ ਬੋਡੀ ਮਿਲੀ ਹੈ ਅਤੇ 108 ਐਂਬੂਲੈਂਸ ਨੂੰ ਪਤਾ ਲੱਗਾ ਅਤੇ ਉਹਨਾਂ ਇੱਥੇ ਸਿਵਲ ਹੋਸਪਿਟਲ ਜਮ੍ਹਾਂ ਕਰਵਾਈ ਉਹ ਤੋਂ ਬਾਅਦ ਇਹਨਾਂ 'ਤੇ ਕਾਰਵਾਈ 194 BNS ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਬਾਕੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਗਲੀ ਤਬਦੀਸ਼ ਕੀਤੀ ਜਾਏ ਕਾਰਨ ਕੀ ਪਤਾ ਲੱਗਾ ਕਾਰਨ ਅਜੇ ਤੱਕ ਨਹੀਂ ਕੋਈ ਪਤਾ ਲੱਗ ਸਕਿਆ ਜੀ ਡਾਕਟਰਾਂ ਦੀ ਰਿਪੋਰਟ ਤੋਂ ਪਤਾ ਲੱਗੇਗਾ